गुजारिश यह हुई सी किसानां नूं कि तुसी यात्री ट्रेनां दे लई भी रास्ता छड्ड दिओ कृपा, पर किसानां ने यह गल नहीं मन्नी। मुख्यमंत्री कैप्टन अमरिंदर सिंह दा ट्वीट भी आउंदा ते एक प्रेस नोट भी आउंदा निराशाजनक। वो कहिंदे कि मैं किसानां तों बेहद निराश होया, किसानां ने पंजाब दे भले दे लई नहीं सोचा। ਇਹਨਾਂ ਨੇ ਹੁਣ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਸਾਹਿਬ ਕੋਲ ਕਿਉਂ ਨਹੀਂ ਗਏ ਹੈਗੇ? ਕੈਪਟਨ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਕਿਉਂ ਨਹੀਂ ਜਾਂਦੇ ਹੈਗੇ? ਇੱਥੇ ਕਿਸਾਨਾਂ ਦੇ ਪ੍ਰੈਸ਼ਰਾਈਜ਼ ਕਰੀ ਜਾਂਦੇ ਨੇ ਕਿਸਾਨਾਂ ਨੂੰ ਕਿ ਅਸੀਂ ਨਿਰਾਸ਼ ਹਾਂ, ਅਸੀਂ ਤੁਸੀਂ ਸਾਡੀ ਗੱਲ ਨਹੀਂ ਮੰਨਦੇ। ਇਹ ਕਿਸਾਨਾਂ ਦੀ ਗੱਲ ਨੂੰ ਜਿਹੜਾ ਹੈਗਾ ਅੱਛੇ ਤਰੀਕੇ ਦੇ ਨਾਲ ਜਿਹੜਾ ਹੈਗਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਸਾਹਮਣੇ ਕਿਉਂ ਨਹੀਂ ਮੂਹਰੇ ਰੱਖਦੇ ਹੈਗੇ? ਬੀਜੇਪੀ ਦਾ ਕੋਈ ਵੀ ਆਗੂ ਪੁੱਛ ਲਓ, ਉਹ ਕਹਿੰਦੇ ਜੀ ਕਾਂਗਰਸ ਸਰਕਾਰ ਕਰਾ ਰਹੀ ਹੈ ਜੋ ਵੀ ਕਰਾ ਰਹੀ ਹੈ ਕਿਸਾਨਾਂ 'ਤੇ। ਕਿਤੇ ਇਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਵੱਖ ਸਾਬਿਤ ਕਰਨ ਦੀ ਕੋਸ਼ਿਸ਼ ਤਾਂ ਨਹੀਂ ਹੋ ਰਹੀ ਸਰਕਾਰ ਵੱਲੋਂ? ਤੇ ਜਦੋਂ 2019 ਦੀ ਇਲੈਕਸ਼ਨ ਹੋ ਰਹੀ ਸੀ, ਜਦੋਂ ਪਾਰਲੀਮੈਂਟ ਦੀ ਇਲੈਕਸ਼ਨ ਹੋ ਰਹੀ ਸੀ, ਜਿਹੜਾ ਐਕਟ ਬੀਜੇਪੀ ਲੈ ਕੇ ਆਈ ਆ, ਜਿਹੜੇ ਤਿੰਨ ਕਾਨੂੰਨ ਬੀਜੇਪੀ ਲੈ ਕੇ, ਜੇ ਇਹ ਕਾਨੂੰਨ ਲੈ ਕੇ ਆਉਣ ਦੀ ਗੱਲ ਤਾਂ ਕਾਂਗਰਸ ਪਾਰਟੀ ਨੇ ਕੀਤੀ ਸੀ ਆਪਣੇ ਚੋਣ ਮੈਨੀਫੈਸਟੋ 'ਚ। ਚੈਨਲ ਤੇ ਡਿਬੇਟ ਕਰ ਰੱਖ ਲਓ, ਉਹਨਾਂ ਦਾ ਚੋਣ ਮੈਨੀਫੈਸਟੋ ਕੱਢ ਲਓ, ਬੀਜੇਪੀ ਦਾ ਕੱਢ ਲਓ, ਕਾਂਗਰਸ ਦਾ ਕੱਢ ਲਓ, ਸੇਮ ਚੋਣ ਮੈਨੀਫੈਸਟੋ ਦੀਆਂ ਜਿਹੜੀਆਂ ਗੱਲਾਂ ਨੇ। हरजीत गरेवाल जिस तरह के नाल श्री अकाल तख्त साहब के जथेदार ते अटैक कर रहे हैं, तो वह तो यह कह रहे हैं कि ये जथेदार तो काबिल ही नहीं है जथेदारी के। साढ़े नाल आम आदमी पार्टी तो जुड़ चुके ने जी हरपाल सिंह चीमा, विधायक दल के आगू भी ने। चीमा साहब बहुत बहुत स्वागत है जी। जिहड़ी मीटिंग अज तीन मंत्रियों दे नाल हुई सी, गुजारिश यह हुई सी किसानां नूं कि तुसी यात्री ट्रेनां दे लई भी रास्ता छड्ड दिओ कृपा, पर किसानां ने यह गल नहीं मन्नी आ। तो उस तो बाद मुख्यमंत्री कैप्टन अमरिंदर सिंह दा ट्वीट भी आउंदा ते एक प्रेस नोट भी आउंदा निराशाजनक। वो कहिंदे कि मैं किसानां तों बेहद निराश होया, किसानां ने पंजाब दे भले दे लई नहीं सोचिया। इस तों तुसीं किन्ना क इत्तेफाक रखदे हो? देखो, मैं समझदा कि पंजाब सरकार कैप्टन साहब अपनी जिम्मेवारी निभा रहे जी। उन्हां दा रोल पूरी एजिटेशन दे दौरान किसानां प्रति जिहड़ा हैगा बड़ा गैर संजीदा, बड़ा गैर जिम्मेवार ना रहा गा। उन्होंने कदे भी किसान जथेबंदियां नूं जिहड़ा हैगा नाल लैके देश दे प्रधानमंत्री नूं मिलण दी इक वार भी कोशिश नहीं कीती है, इक वार भी सिहर दी यतन नहीं कीते हैगे। लगातार एक अपनियां 2022 दीआं इलैक्शनां बार बार देखी जा रहा। मैं हैरान हाँ इस गल ते भी 2022 दी इलैक्शन किवें लड़नी आ, 2022 दे तक जिहड़ा किसानां नूं किवें भरमाउणा गा, ਕਿਵੇਂ ਜਿਹੜਾ ਹੈਗਾ ਐਕਟ ਕਰਨਾ ਗਾ। ਸਿਰਫ ਇਹ ਦੇਖਦੇ ਨੇ ਕਿ ਸਾਰੇ ਮੰਤਰੀ ਸਾਹਿਬਾਨ ਆਉਂਦੇ ਨੇ, ਮੀਟਿੰਗਾਂ ਕਰਦੇ ਨੇ। ਮੈਂ ਹੁਣ ਤੱਕ ਦੇਖਿਆ ਗਾ ਕਿੰਨੀ ਵਾਰ ਮੀਟਿੰਗਾਂ ਜਿਹੜੀਆਂ ਹੋਈਆਂ ਨੇਗੀਆਂ, ਉਹ ਮਿਨਿਸਟਰ ਸਾਹਿਬਾਨ ਦੀਆਂ ਜਿਹੜੀਆਂ ਨੇ, ਉਹ ਆਪਣੇ ਜਿੰਨੇ ਵੀ ਫਾਰਮਰ ਯੂਨੀਅਨ ਦੇ ਲੀਡਰ ਸਾਹਿਬਾਨ ਨੇਗੇ, ਜਿੰਨੇ ਵੀ ਕਿਸਾਨ ਯੂਨੀਅਨ ਦੇ ਲੀਡਰ ਸਾਹਿਬਾਨ, ਉਹਨਾਂ ਕਿੰਨੀ ਵਾਰ ਮੀਟਿੰਗਾਂ ਹੋ ਚੁੱਕੀਆਂ। ਪਰ ਲੇਕਿਨ ਮੈਂ ਬੜਾ ਹੈਰਾਨ ਹਾਂ ਕਿ ਜਿਹੜੇ ਤਿੰਨੇ ਮਿਨਿਸਟਰ ਸਾਹਿਬਾਨ ਨੇ, ਇਹਨਾਂ ਨੇ ਹੁਣ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਸਾਹਿਬ ਕੋਲ ਕਿਉਂ ਨਹੀਂ ਗਏ ਹੈਗੇ? ਕੈਪਟਨ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਕਿਉਂ ਨਹੀਂ ਜਾਂਦੇ ਹੈਗੇ? ਇੱਥੇ ਕਿਸਾਨਾਂ ਦੇ ਪ੍ਰੈਸ਼ਰਾਈਜ਼ ਕਰੀ ਜਾਂਦੇ ਨੇ ਕਿਸਾਨਾਂ ਨੂੰ ਕਿ ਅਸੀਂ ਨਿਰਾਸ਼ ਹਾਂ, ਅਸੀਂ ਤੁਸੀਂ ਸਾਡੀ ਗੱਲ ਨਹੀਂ ਮੰਨਦੇ। ਇਹ ਕਿਸਾਨਾਂ ਦੀ ਗੱਲ ਨੂੰ ਜਿਹੜਾ ਹੈਗਾ ਅੱਛੇ ਤਰੀਕੇ ਦੇ ਨਾਲ ਜਿਹੜਾ ਹੈਗਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਸਾਹਮਣੇ ਕਿਉਂ ਨਹੀਂ ਮੂਹਰੇ ਰੱਖਦੇ ਹੈਗੇ? ਕਿਉਂ ਡਰਦੇ ਨੇ ਕਿ ਕਿਸ ਗੱਲ ਦਾ? ਮੈਂ ਸਮਝਦਾ ਉਹਨਾਂ ਨੂੰ ਉਹ ਡਰ ਹੈਗਾ। ਅੱਛਾ ਚੀਮਾ ਸਾਹਿਬ, ਕਿਤੇ ਇਹ ਤਾਂ ਨਹੀਂ ਕਿਤੇ ਚੀਮਾ ਸਾਹਿਬ ਇਦਾਂ ਤਾਂ ਨਹੀਂ ਕਿਤੇ ਗੱਲ ਕਿ ਕੇਂਦਰ ਜਿਹੜਾ ਹੁਣ ਬੀਜੇਪੀ ਦੀ ਸਰਕਾਰ ਆ, ਬੀਜੇਪੀ ਦਾ ਕੋਈ ਵੀ ਆਗੂ ਪੁੱਛ ਲਓ, ਉਹ ਕਹਿੰਦੇ ਜੀ ਕਾਂਗਰਸ ਸਰਕਾਰ ਕਰਾ ਰਹੀ ਹੈ ਜੋ ਵੀ ਕਰਾ ਰਹੀ ਹੈ ਕਿਸਾਨਾਂ ਤੋਂ? ਕਿਤੇ ਇਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਵੱਖ ਸਾਬਿਤ ਕਰਨ ਦੀ ਕੋਸ਼ਿਸ਼ ਤਾਂ ਨਹੀਂ ਹੋ ਰਹੀ ਸਰਕਾਰ ਵੱਲੋਂ ਕਿ ਦੇਖੋ ਜੀ ਕਿਸਾਨਾਂ ਨੇ ਸਾਡੀ ਗੱਲ ਨਹੀਂ ਮੰਨੀ, ਅਸੀਂ ਬੜੇ ਨਿਰਾਸ਼ ਹਾਂ? ਇਹਦਾ ਮਤਲਬ ਇਹ ਪਤਾ ਲੱਗ ਜੇ ਕਿ ਕਿਸਾਨਾਂ ਦਾ ਅੰਦੋਲਨ ਅਲੱਗ ਹੈ, ਕਾਂਗਰਸ ਸਰਕਾਰ ਇਸ ਤਰ੍ਹਾਂ ਦਾ ਕਿਸਾਨਾਂ ਨੂੰ ਅੱਗੇ ਕਰਕੇ ਨਹੀਂ ਤੋਰ ਰਹੀ, ਕਿ ਕਿਤੇ ਇਹ ਸਿੱਧ ਤਾਂ ਨਹੀਂ ਕਰਨਾ ਚਾਹੁੰਦੇ ਕੇਂਦਰ ਨੂੰ? ਦੇਖੋ, ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ, ਤੁਸੀਂ ਦੇਖੋਗੇ ਇਹਨਾਂ ਦਾ ਪੁਰਾਣਾ ਪਿਛੋਕੜ 4 ਸਾਲ ਦਾ, ਕਿਉਂਕਿ ਮੈਂ ਬੜਾ ਆਵਾਜ਼ ਕਰ ਰਿਹਾ ਮਿਨੂਟਲੀ ਕਿ ਜਦੋਂ ਵੀ ਇਹ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਕੋਲ ਜਾਣਾ ਚਾਹੁੰਦੇ ਨੇ, ਇਹ ਚੁੱਪਚਾਪ ਚਲੇ ਜਾਂਦੇ ਨੇ ਬਗੈਰ ਅਪਾਇੰਟਮੈਂਟ ਲਏ। ਹੁਣ ਲਗਭਗ ਇੰਨੇ ਲੰਬੇ ਅਰਸੇ ਤੋਂ ਕਿਸਾਨ ਅੰਦੋਲਨ ਹੋ ਰਿਹਾ ਹੈਗਾ, ਇਹਨਾਂ ਨੇ ਇੱਕ ਵਾਰ ਵੀ ਅਪਾਇੰਟਮੈਂਟ ਲੈ ਕੇ ਕਿਉਂ ਨਹੀਂ ਗਏ ਹੈਗੇ? ਕਿਉਂ ਨਹੀਂ ਗਏ? ਬਹੁਤ ਵੱਡਾ ਸਵਾਲ, ਬਿਲਕੁਲ ਵੱਡਾ ਸਵਾਲ। ਹਜੇ ਤੱਕ ਜਿਹੜਾ ਹੈਗਾ ਮਤਲਬ ਸਪਸ਼ਟ ਤੌਰ ਦੇ ਉੱਤੇ ਕੇਂਦਰ ਦੇ ਸਾਹਮਣੇ ਇਹਨਾਂ ਨੇ ਆਪਣੀ ਰਿਜੈਕਟਮੈਂਟ ਕਿਉਂ ਨਹੀਂ ਰੱਖੀ, ਕਿਉਂ ਨਹੀਂ ਵਿਰੋਧ ਰੱਖਿਆ, ਕਿਉਂ ਨਹੀਂ ਕਿਸਾਨਾਂ ਦੀ ਗੱਲ ਰੱਖੀ? ਕਿਉਂਕਿ ਬੜਾ ਸਪਸ਼ਟ ਹੈਗਾ ਕਿ ਜਦੋਂ 2019 ਦੀ ਇਲੈਕਸ਼ਨ ਹੋ ਰਹੀ ਸੀ, ਜਦੋਂ ਪਾਰਲੀਮੈਂਟ ਦੀ ਇਲੈਕਸ਼ਨ ਹੋ ਰਹੀ ਸੀ, ਜਿਹੜਾ ਐਕਟ ਬੀਜੇਪੀ ਲੈ ਕੇ ਆਈ ਆ, ਜਿਹੜੇ ਤਿੰਨ ਕਾਨੂੰਨ ਬੀਜੇਪੀ ਲੈ ਕੇ, ਜੇ ਇਹ ਕਾਨੂੰਨ ਲੈ ਕੇ ਆਉਣ ਦੀ ਗੱਲ ਤਾਂ ਕਾਂਗਰਸ ਪਾਰਟੀ ਨੇ ਵੀ ਕੀਤੀ ਸੀ ਆਪਣੇ ਚੋਣ ਮੈਨੀਫੈਸਟੋ 'ਚ।
ਇਹ ਗੱਲ ਰਾਹੁਲ ਗਾਂਧੀ ਜੀ ਨੇ ਕੀਤੀ ਸੀ, ਇਹ ਗੱਲ ਪੰਜਾਬ ਤੋਂ ਮਨਪ੍ਰੀਤ ਸਿੰਘ ਬਾਦਲ ਨੇ ਕੀਤੀ ਸੀ। ਇਸ ਗੱਲ ਕਰਕੇ ਲੁਕਮਾ ਏਜੰਡਾ ਜਿਹੜਾ ਹੈਗਾ, ਲੁਕਮਾ ਏਜੰਡਾ ਜਿਹੜਾ ਹੈਗਾ ਕਾਂਗਰਸ ਪਾਰਟੀ ਦਾ, ਕੈਪਟਨ ਸਾਹਿਬ ਦਾ, ਉਹ ਤਾਂ ਕਹਿ ਦਿੰਦੇ ਆ ਕਿ ਉਹ ਕਹਿੰਦੇ ਕਿ ਇਹੋ ਜਿਹਾ ਕੁਝ ਸਾਡੇ ਬਿੱਲਾਂ ਦੇ ਵਿੱਚ ਨਹੀਂ ਸੀ ਜਿਹੜਾ ਅਸੀਂ ਲੈ ਕੇ ਆਉਣਾ ਸੀ, ਆ ਇਹੋ ਜਿਹਾ ਕੁਝ ਨਹੀਂ ਸੀ। ਦੇਖੋ ਇਹ ਕਹਿ ਦੇਣਾ ਕਿ ਇਹੋ ਜਿਹਾ ਕੁਝ ਨਹੀਂ ਸੀਗਾ, ਫਿਰ ਚੋਣ ਮੈਨੀਫੈਸਟੋ ਚ ਕਿਉਂ ਲਿਖਿਆ ਸੀਗਾ ਕਿ ਅਸੀਂ ਮੰਡੀਕਰਨ ਦਾ ਪ੍ਰਾਈਵੇਟਕਰਨ ਕਰਾਂਗੇ, ਅਸੀਂ ਮੰਡੀਕਰਨ ਚ ਪ੍ਰਾਈਵੇਟ ਪਲੇਅਰਾਂ ਨੂੰ ਲੈ ਕੇ ਆਵਾਂਗੇ। ਇਹੀ ਚੀਜ਼ ਇਹਦੇ ਚ, ਇਹੀ ਉਹਦੇ ਚ ਸ਼ਬਦਾਂ ਦਾ ਫੇਰ ਫੇਰ ਨਾ ਕਰਨਾ, ਸੇਮ ਉਹਦੇ ਚ ਸੀਗਾ। ਸੇਮ ਜਿਹੜਾ ਲੈ ਕੇ ਆਉਣਾ ਚਾਹੁੰਦੇ ਤੁਸੀਂ, ਉਹਨਾਂ ਦੀ ਜਿਹੜੀ ਸ਼ਬਦਾਵਲੀ ਆ ਤੁਸੀਂ ਚੈਨਲ ਤੇ ਰਿਪੀਟ ਕਰ ਰੱਖ ਲਓ, ਉਹਨਾਂ ਦਾ ਚੋਣ ਮੈਨੀਫੈਸਟੋ ਕੱਢ ਲਓ, ਬੀਜੇਪੀ ਦਾ ਕੱਢ ਲਓ, ਕਾਂਗਰਸ ਦਾ ਕੱਢ ਲਓ, ਸੇਮ ਚੋਣ ਮੈਨੀਫੈਸਟੋ ਦੇ ਜਿਹੜੀਆਂ ਗੱਲਾਂ ਨੇਗੀਆਂ। ਸੋ ਇਹ ਇਹੀ ਕਾਰਨ ਆ ਕਿ ਕੈਪਟਨ ਸਾਹਿਬ ਜਿਹੜਾ ਹੈਗਾ ਬਚ ਬਚਾ ਕੇ ਜਿਹੜਾ ਹੈਗਾ ਚੱਲ ਰਹੇ ਨੇਗੇ। ਕੈਪਟਨ ਸਾਹਿਬ ਜਿਹੜਾ ਹੈਗਾ ਇੱਕ ਪਾਸੇ ਕਿਸਾਨਾਂ ਨੂੰ ਨਾਲ ਰੱਖ ਕੇ ਸੋਚਦੇ ਕਿ ਮੈਂ 2022 ਦੀ ਇਲੈਕਸ਼ਨ ਕਿਸਾਨਾਂ ਦੇ ਨਾਂ ਤੇ ਜਿੱਤ ਜਾਊਂਗਾ, ਕਿਉਂਕਿ ਜੇ ਮੈਂ 2004 ਦੇ ਵਿੱਚ ਜਿਹੜਾ ਪਾਣੀਆਂ ਦਾ ਬਿੱਲ ਲਿਆ ਕੇ ਇਹਨਾਂ ਨੇ ਡਰਾਮਾ ਕਰਕੇ ਜਿਹੜਾ ਕਿ ਸੁਪਰੀਮ ਕੋਰਟ ਨਹੀਂ ਟਿਕ ਸਕਿਆ, 2007 ਦੀ ਇਲੈਕਸ਼ਨ ਜਿੱਤਣ ਦੀ ਕੋਸ਼ਿਸ਼ ਕੀਤੀ ਸੀਗੀ, ਉਦੋਂ ਪਾਣੀਆਂ ਦਾ ਰਾਖਾ ਦਾ ਟਾਈਟਲ ਦਿੱਤਾ ਗਿਆ ਸੀ, ਹੁਣ ਵੀ ਕਿਸਾਨਾਂ ਦਾ ਰਾਖਾ ਟਾਈਟਲ ਦੇਣ ਦੀ ਕੋਸ਼ਿਸ਼ ਜਿਹੜੀ ਕਾਂਗਰਸ ਪਾਰਟੀ ਕਰ ਰਹੀ ਆ। 4 ਸਾਲਾਂ ਦੇ ਵਿੱਚ ਪੰਜਾਬ ਦੇ ਕਿਸੇ ਵੀ ਵਰਗ ਨੂੰ ਕੋਈ ਰਿਲੀਫ ਨਹੀਂ ਦਿੱਤੀ ਜੀ। ਪੰਜਾਬ ਦੇ ਵਿੱਚ 4 ਸਾਲਾਂ ਦੇ ਵਿੱਚ ਕੋਈ ਵੀ ਮਾਫੀਆ ਰਾਜ ਇਹਨਾਂ ਤੋਂ ਰੁਕਿਆ ਹੈ, ਕੋਈ ਵੀ ਕਰਪਸ਼ਨ ਨਹੀਂ ਰੁਕੀ ਹੈਗੀ, ਕੋਈ ਵੀ ਕਿਸਾਨਾਂ ਨੂੰ ਜਿਹੜੀਆਂ ਜਿਹੜੇ ਵਾਅਦੇ ਕਿਸਾਨ ਦੇ ਨਾਲ ਕੀਤੇ ਸੀ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ। ਕਿਸਾਨ ਨਾਲ ਵਾਅਦਾ ਕੀ ਸੀਗਾ ਕਿ ਤੁਹਾਡਾ 100% ਕਰਜ਼ਾ ਮਾਫੀ ਹੋ ਗਿਆ। ਅੱਜ ਮੈਂ ਦੇਖ ਰਿਹਾ ਸੀ ਇੱਕ ਚੈਨਲ ਦਿਖਾ ਰਿਹਾ ਸੀਗੇ ਕਿ ਕਿਸ ਤਰ੍ਹਾਂ ਮਾਨਸਾ ਜ਼ਿਲ੍ਹੇ ਦੇ, ਬਠਿੰਡਾ ਜ਼ਿਲ੍ਹੇ ਦੇ, ਸੰਗਰੂਰ ਜ਼ਿਲ੍ਹੇ ਦੇ ਵਿੱਚ ਵੱਡੀ ਪੱਧਰ ਤੇ ਕਿਸਾਨਾਂ ਨੇ ਸੁਸਾਇਡ ਕੀਤਾ ਗਾ, ਆਤਮ ਹੱਤਿਆਵਾਂ ਕੀਤੀਆਂ ਨੇਗੀਆਂ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਦੇਖੀਏ ਤਾਂ ਇਹ ਜਿਹੜੀ ਰਾਜਨੀਤੀ ਕਰ ਰਹੇ ਨੇ ਕੈਪਟਨ ਸਾਹਿਬ ਜਾਂ ਕਾਂਗਰਸ ਪਾਰਟੀ, ਇਹ ਬਿਲਕੁਲ ਹੀ ਇਸ ਤਰ੍ਹਾਂ ਕਰ ਰਹੇ ਨੇ ਜਿਵੇਂ ਬੀਜੇਪੀ ਜਿਵੇਂ ਚਾਹੁੰਦੀ ਉਵੇਂ ਕਰ ਰਹੇ ਨੇ। ਅੱਜ ਦੇਸ਼ ਦੇ ਵਿੱਚੋਂ ਜਿਹੜਾ ਕਾਂਗਰਸ ਪਾਰਟੀ ਲਗਾਤਾਰ ਡੁੱਬਦੀ ਜਾ ਰਹੀ ਆ, ਕਾਂਗਰਸ ਪਾਰਟੀ ਲਗਾਤਾਰ ਖਤਮ ਹੁੰਦੀ ਜਾ ਰਹੀ ਆ, ਉਹਦਾ ਇੱਕੋ ਹੀ ਕਾਰਨ ਆ ਕਿ ਇਹਨਾਂ ਦੇ ਲੋਕ ਮਾਰੂ ਨੀਤੀਆਂ ਨੇਗੀਆਂ। ਜਦੋਂ ਸੱਤਾ ਚ ਆਉਣਾ ਹੁੰਦਾ ਗਾ ਫਿਰ ਵੱਡੇ ਵੱਡੇ ਵਾਅਦੇ ਕਰ ਲੈਂਦੇ ਨੇ, ਫਿਰ ਕਾਰਡ ਭਰ ਕੇ ਦੇ ਆਉਂਦੇ ਨੇਗੇ, ਤੁਹਾਨੂੰ ਘਰ ਘਰ ਰੁਜ਼ਗਾਰ ਦੇ ਦਾਂਗੇ। ਮਾਤਾ ਕਾਰਡ ਚ ਕੀ ਲਿਖਿਆ ਸੀ, ਮਾਤਾ ਜੀ ਤੁਹਾਡੇ 2 ਬੱਚੇ ਦੇ ਹਨ, ਕੀ ਕਰਦੇ ਨੇ ਜੀ, ਉਹ BA ਕਰਦੇ ਨੇ, ਲਓ ਜੀ ਆ ਕਾਰਡ ਭਰ ਤੱਕ ਕੈਪਟਨ ਸਾਹਿਬ ਵੱਲੋਂ ਆਵਾਂਗੇ, ਜਿੱਦਣ ਸਰਕਾਰ ਬਣ ਗਈ ਤੇ ਦੋਨਾਂ ਨੂੰ ਨੌਕਰੀ ਦੇ ਦੇਣਗੇ। ਇਦੋਂ ਮੈਂ ਮਤਲਬ ਇਦੋਂ ਲੋਕਾਂ ਨਾਲ ਵੱਡਾ ਧੋਖਾ ਕੀ ਹੋਊਗਾ ਜੀ। ਅੱਛਾ ਚੀਮਾ ਸਾਹਿਬ ਗੱਲਬਾਤ ਚੱਲ ਰਹੀ ਆ, ਬੀਜੇਪੀ ਦੀ ਵੀ ਤੁਸੀਂ ਗੱਲਬਾਤ ਕਰੀ ਆ, ਅਤੇ ਬਿਹਾਰ ਚੋਣਾਂ ਦੇ ਵਿੱਚ ਜੋ ਨਤੀਜੇ ਆਏ ਨੇ ਠੀਕ ਹੈ, ਉਹ ਸਭ ਨੂੰ ਪਤਾ ਹੀ ਆ, ਲੇਕਿਨ ਬੀਤੇ ਦਿਨੀ 100 ਸਾਲਾ ਸਮਾਗਮ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਬਿਆਨ ਦਿੱਤਾ, ਤੁਹਾਨੂੰ ਵੀ ਪਤਾ ਕਿ BJP ਦੇ ਵੱਲੋਂ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਬਿਆਨ ਦੀ ਨਿੰਦਾ ਕੀਤੀ ਜਾ ਰਹੀ ਆ, ਖਾਸ ਕਰਕੇ ਹਰਜੀਤ ਗਰੇਵਾਲ ਵੱਲੋਂ। ਹਰਜੀਤ ਜਥੇਦਾਰ ਸਾਹਿਬ ਨੇ ਕਿਹਾ ਕਿ ਇਹ ਜਿਹੜੀ ਕੇਂਦਰ ਦੀ ਸਰਕਾਰ ਹੈ ਇਹ EVM ਦੇ ਰਾਹੀਂ ਬਣੀ ਹੋਈ ਸਰਕਾਰ ਹੈ, ਲੋਕਤੰਤਰੀ ਤਰੀਕੇ ਨਾਲ ਸਰਕਾਰ ਨਹੀਂ ਬਣੀ ਹੋਈ ਇਹ। ਇਸ ਤੋਂ ਬਾਅਦ ਹਰਜੀਤ ਗਰੇਵਾਲ ਜਿਸ ਤਰ੍ਹਾਂ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ 'ਤੇ ਅਟੈਕ ਕਰ ਰਹੇ ਨੇ, ਅਤੇ ਉਹ ਤਾਂ ਇਹ ਕਹਿ ਰਹੇ ਨੇ ਕਿ ਇਹ ਜਥੇਦਾਰ ਤਾਂ ਕਾਬਲ ਹੀ ਨਹੀਂ ਹੈ ਜਥੇਦਾਰੀ ਦੇ, ਇਹ ਸਾਰੇ ਤੁਸੀਂ ਐਪੀਸੋਡ ਨੂੰ ਕਿਵੇਂ ਦੇਖਦੇ ਹੋ? ਦੇਖੋ ਅਕਾਲ ਤਖਤ ਜਿਹੜਾ ਹੈਗਾ ਸਿੱਖਾਂ ਦੀ ਸਰਮੌਰ ਤੇ ਮਹਾਨ ਸੰਸਥਾ ਗੀ ਜੀ, ਜਥੇਦਾਰ ਸਾਹਿਬਾਨ ਦਾ ਜਿਹੜਾ ਰੁਤਬਾ ਗਾ ਬਹੁਤ ਵੱਡਾ ਰੁਤਬਾ ਗਾ, ਉਦੋਂ ਕਿਸੇ ਪੈਮਾਨੇ ਦੇ ਨਾਲ ਆਖਿਆ ਨਹੀਂ ਜਾ ਸਕਦਾ, ਮਾਪਿਆ ਨਹੀਂ ਜਾ ਸਕਦਾ ਜੀ। ਪਰ ਲੇਕਿਨ ਜਿਹੜੇ ਇਸ ਤਰ੍ਹਾਂ ਦੇ ਬਿਆਨ ਨੇਗੇ ਉਹ ਉਹਨਾਂ ਨੂੰ ਬਿਆਨ ਦੇਣੇ ਐਟ ਦਿਸ ਸਟੇਜ ਮੈਂ ਸਮਝਦਾ ਬੇਲੋੜੇ ਨੇ, ਬੇਮਾਇਨੇ ਨੇਗੇ, ਇਹ ਬਿਆਨ ਨਹੀਂ ਹੋਣੇ ਚਾਹੀਦੇ ਨੇ, ਕਿਉਂਕਿ 2019 ਦੀ ਇਲੈਕਸ਼ਨ ਤੁਹਾਨੂੰ ਪ੍ਰਭਾਵਿਤ ਲੱਗ ਰਿਹਾ ਸੀ ਕਿਤੇ ਨਾ ਕਿਤੇ ਜਥੇਦਾਰ ਸਾਹਿਬ ਦਾ ਬਿਆਨ ਵੀ ਅਕਾਲੀ ਦਲ ਤੋਂ ਥੋੜਾ ਜਿਹਾ ਪ੍ਰਭਾਵਿਤ ਹੈ, ਕਿਉਂਕਿ ਅਕਾਲੀ ਦਲ ਨੇ ਗੱਠਜੋੜ ਤੋੜ ਲਿਆ ਤੇ ਹੁਣ BJP ਨਿਸ਼ਾਨੇ ਤੇ ਹੈ, ਕਿਉਂਕਿ 2019 ਦੀ ਇਲੈਕਸ਼ਨ BJP ਨਾਲ ਲੜ ਕੇ ਲੜੀ ਸੀਗੀ ਔਰ ਅਕਾਲੀ ਦਲ ਦੇਖ ਲਓ ਪੰਜਾਬ ਚੋਂ ਸਾਫ਼ ਹੋਇਆ ਗਾ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਿਰ ਤੇ ਨੇਗੀਆਂ ਔਰ 2022 ਦੀਆਂ ਚੋਣਾਂ ਸਿਰ ਤੇ ਨੇਗੀਆਂ, ਅਕਾਲੀ ਦਲ ਜਿਹੜਾ ਹੈਗਾ ਇਸ ਟਾਈਮ ਬਿਲਕੁਲ ਹਾਸ਼ੀਏ ਦੀ ਸਿਆਸੀ ਜਮਾਤ ਦੇ ਵਿੱਚ, ਬਿਲਕੁਲ ਜਿਹੜਾ ਇਸ ਟਾਈਮ ਜਿਹੜਾ ਅਕਾਲੀ ਦਲ ਨੂੰ ਕੋਈ ਕਿਤੇ ਵੇਟੇਜ ਨਹੀਂ ਦਿੱਤੀ ਜਾ ਰਹੀ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਖਾਸ ਤੌਰ ਤੇ ਜੇ ਆਪਾਂ ਗੱਲ ਕਰ ਲਈਏ ਉਹਨੂੰ ਕਿਸੇ ਵੀ ਸਥਾਨ ਤੇ ਜਿਹੜਾ ਨਹੀਂ ਦਿਖ ਰਿਹਾ ਹੈਗਾ। ਸੋ ਸੋਚ ਰਹੇ ਨੇ ਕਿ ਆਪਾਂ EVM ਦਾ ਜਿਹੜਾ ਹੈਗਾ ਬਹਾਨਾ ਲਾ ਕੇ ਇਸ ਇਲੈਕਸ਼ਨ ਚੋਂ ਬਾਹਰ ਨਿਕਲ ਜਾਈਏ, ਛੱਡ ਦਈਏ ਜਾਂ ਭੱਜ ਜਾਈਏ। ਸੋ ਉਹਦੇ ਲਈ ਜਿਹੜਾ ਹੈਗਾ ਸਿਆਸੀ ਜਿਹੜਾ ਹੈਗਾ ਜਥੇਦਾਰ ਸਾਹਿਬਾਨ ਦੇ ਬਿਆਨ ਤੋਂ ਜਿਹੜਾ ਸਿਆਸੀ ਲਾਹਾ ਲੈਣਾ ਚਾਹੁੰਦੇ ਨੇ ਜੀ ਅਕਾਲੀ ਦਲ, ਕਿਉਂਕਿ ਅੱਜ ਤੱਕ ਜਦੋਂ ਵੀ ਅਕਾਲੀ ਦਲ ਦੇ ਸੰਕਟ ਆਇਆ ਗਿਆ ਅਕਾਲੀ ਦਲ ਨੇ ਹਮੇਸ਼ਾ ਗੁਰਦੁਆਰਾ ਸਾਹਿਬਾਨ ਦੇ ਵਿੱਚ ਗਏ ਨੇ ਜਾ ਕੇ, ਮਤਲਬ ਬੈਠੇ ਨੇ ਕਿ ਉੱਥੇ ਜਾ ਕੇ, ਜਾਂ ਗੁਰਦੁਆਰਾ ਸਾਹਿਬਾਨ ਦੇ ਜਿਹੜੇ ਸਾਡੇ ਪ੍ਰੋਮੀਨੈਂਟ ਸ਼ਖਸੀਅਤਾਂ ਹੁੰਦੀਆਂ ਨੇ ਉਹਨਾਂ ਦਾ ਸਹਾਰਾ ਲਿਆ ਗਿਆ। ਜਦੋਂ ਤੁਸੀਂ ਦੇਖੋ ਆਹ ਆਪਣੀ ਐਜੂਕੇਸ਼ਨ ਚੱਲ ਰਹੀ ਹੈ ਜਿਸ ਦਿਨ ਇਹਨਾਂ ਨੇ ਤਖਤਾਂ ਤੋਂ ਮਾਰਚ ਕੀਤਾ, ਤਿੰਨੇ ਤਖਤਾਂ ਤੋਂ ਮਾਰਚ ਕੀਤਾ ਸਾਡੀਆਂ ਮਹਾਨ ਸੰਸਥਾਵਾਂ ਦੇ ਤੋਂ, ਉਦੋਂ ਵੀ ਅਕਾਲੀ ਦਲ ਨੇ ਤੁਸੀਂ ਦੇਖੋ ਕਿਸ ਤਰ੍ਹਾਂ ਜਿਹੜਾ ਹੈਗਾ ਧਰਮ ਦਾ ਇਸਤੇਮਾਲ ਕੀਤਾ ਜਾ ਰਿਹਾ ਦੇ ਵਿੱਚ ਬੈਠ ਕੇ ਜੀ, ਠੀਕ ਹੈ ਜੀ, ਉਦੋਂ ਵੀ ਜਿਹੜਾ ਹੈਗਾ ਸਹਾਰਾ ਲਿਆ, ਮਤਲਬ ਅਕਾਲੀ ਦਲ ਦਾ ਖਾਸਾ ਜਿਹੜਾ ਹੈਗਾ ਸਹਾਰਾ ਗੁਰੂ ਸਾਹਿਬਾਨ ਦੀਆਂ ਗੁਰਦੁਆਰਾ ਸਾਹਿਬਾਨ ਦਾ ਲੈਂਦਾ ਗਾ, ਪਰ ਲੇਕਿਨ ਜਿਹੜੀਆਂ ਇਹਨਾਂ ਦੀਆਂ ਇਹਨਾਂ ਦੇ ਲੀਡਰਾਂ ਦੀਆਂ ਜਿਹੜੀਆਂ
ਉਹ ਹਮੇਸ਼ਾ ਹੀ ਜਿਹੜੀਆਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੇਗੀਆਂ, ਗੁਰੂ ਘਰ ਦੀਆਂ ਸਿੱਖਿਆਵਾਂ ਨੇ ਸਾਨੂੰ ਜਿਹੜੀਆਂ, ਉਹਨਾਂ ਦੇ ਉਲਟ ਕੰਮ ਕਰਦਾ ਰਿਹਾ ਹਮੇਸ਼ਾ ਹੀ ਆਲਵੇਜ਼। ਕਦੇ ਵੀ ਇਹਨਾਂ ਨੇ ਕਿਹਾ, ਕਦੇ ਵੀ ਇਹਨਾਂ ਨੇ ਸਿੱਖ ਧਰਮ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਮੇਸ਼ਾ ਆਪਦੇ ਨਿੱਜੀ ਹਿੱਤਾਂ ਲਈ ਵਰਤਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਡਾ ਵੱਡਾ ਬਜਟ ਆ, ਜੇਕਰ ਅਕਾਲੀ ਦਲ ਸਥਿਰਤਾ ਦੇ ਨਾਲ ਇਮਾਨਦਾਰੀ ਨਾਲ ਗੱਲ ਕਰਦਾ ਜਾਂ ਇਮਾਨਦਾਰੀ ਤੇ ਚਲਾਉਂਦਾ ਤਾਂ ਮੈਂ ਸਮਝਦਾ ਅੱਜ ਪੂਰੇ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ ਸਕੂਲ ਸ਼੍ਰੋਮਣੀ ਕਮੇਟੀ ਦੇ ਹੋਣੇ ਸੀਗੇ, ਅੱਜ ਹਰੇਕ ਬਲਾਕ ਦੇ ਵਿੱਚ ਹਸਪੀਟਲ ਸ਼੍ਰੋਮਣੀ ਕਮੇਟੀ ਦੇ ਹੋਣੇ ਸੀਗੇ ਔਰ ਫ੍ਰੀ ਆਫ ਕਾਸਟ ਹੋਣੇ ਸੀਗੇ। ਔਰ ਮਤਲਬ ਇਹ ਹੋ ਸਕਦਾ ਸੀਗਾ, ਸਿਰਫ ਇਹਨਾਂ ਨੇ ਮੈਂ ਮਤਲਬ ਮਾਫ ਕਰਨਾ ਕਹਿਣਾ ਚਾਹੂੰਗਾ ਕਿ ਗੁਰਦੁਆਰਾ ਸਾਹਿਬਾਨ ਦੀਆਂ ਗੋਲਕਾਂ ਨੂੰ ਲੁੱਟਿਆ ਇਹਨਾਂ ਜਿਹੜਾ ਅਕਾਲੀ ਦਲ ਨੇ ਲੁੱਟਿਆ ਹੁਣ ਤੱਕ, ਜੀ ਦੱਬ ਕੇ ਲੁੱਟਿਆ, ਦੱਬ ਕੇ ਦੁਰਉਪਯੋਗ ਕੀਤਾ। ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਚੀਮਾ ਸਾਹਿਬ ਸਾਡੇ ਨਾਲ ਜੁੜਨ ਦੇ ਲਈ, ਧੰਨਵਾਦ ਤੁਹਾਡਾ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।